ਹੈਲੋ ਜੀ एवरीवन ਬਡੀ ਉਮੀਦ ਹੈ ਤੁਸੀਂ ਠੀਕ ਠਾਕ ਹੋਗੇ ਹੈਪੀ ਹੈਪੀ ਤੇ ਖੁਸ਼ ਬਾਸ਼ ਹੋਗੇ ਮੈਂ ਐਪਲੀਕੇਸ਼ਨ ਦੇ ਬਾਰੇ ਦੱਸਣਾ ਚਾ ਰਿਹਾ ਜੀ ਜਿਹੜੀ ਕਿ ਆਰ ਮਾਸਤਰੀ ਕੁਝ ਸਾ ਕਹਿੰਦੇ ਨੇ ਜੀ ਇਹਦਾ ਡਾਊਨਲੋਡ ਕਰਨ ਦਾ ਕੀ ਤਰੀਕਾ ਹੈ ਐਪਲੀਕੇਸ਼ਨ ਜਿਹੜੀ ਤੇ ਇਹਦੇ ਬਾਰੇ ਮੈਂ ਥੋੜੀ ਗੱਲ ਕਰਾਂਗਾ ਦੇਖੋ ਪਹਿਲੀ ਤੇ ਗੱਲ ਇਹ ਵੇ ਕਿ ਇਹ ਐਂਡਰੋਇਡ ਫੋਨਾਂ 'ਚ ਡਾਊਨਲੋਡ ਹੋ ਜਾਂਦੀ ਏ ਔਰ Apple ਦੀ ਡਿਵਾਈਸਿਸ ਵਿੱਚ ਇਹ ਡਾਊਨਲੋਡ ਨਹੀਂ ਹੁੰਦੀ ਠੀਕ ਹੈ ਜੀ ਹਾਂਜੀ Apple ਦੇ ਫੋਨ ਵਿੱਚ ਨੋ ਡਾਊਨਲੋਡ Android ਫੋਨ Samsung ਦੇ ਮਸਲਨ ਤੁਹਾਡੇ ਕੋਲ ਹੋਵੇ ਹੀ ਉਹਦੇ ਚ ਹੋ ਜਾਂਦੀ ਹੈ ਇਹਦੇ ਚ ਨੋ ਤੇ Apple ਫੋਨਾਂ ਦਾ ਤਰੀਕਾ ਫਿਰ ਇਹ ਹੀ ਹੈ ਕਿ ਭਾਈ ਤੁਸੀਂ ਇਹਦੇ ਵਿੱਚ ਜਾ ਕੇ Safari ਜਾਂ Google ਵਿੱਚ ਆ ਕੇ ਲਿਖੋਗੇ armastri ਤੇ armastri ਜੀ ਮਾਸਟਰ ਕਹਿੰਦੇ ਹੋ ਨਾ ਅਰਮਾਸਤਰੀ ਐਪ ਇਹ ਹੋਏ ਤੇ ਇਹ ਪਹਿਲਾ ਪਹਿਲਾ ਆਪਸ਼ਨ ਖੁੱਲ ਜਾਏਗਾ। ਔਰ ਫਿਰ ਉਸ ਤੋਂ ਬਾਅਦ ਯਾਨੀ ਆਨਲਾਈਨ Google 'ਚ ਜਾ ਕੇ ਇਹਨੂੰ ਸਰਚ ਕਰੋਗੇ इजीली ਖੁੱਲ ਜਾਂਦੀ ਏ। ਠੀਕ ਹੈ ਜੀ। ਯਾਨੀ Apple ਫੋਨਾਂ ਦੇ ਵਿੱਚ ਯਾਨੀ ਅਸੀਂ ਉੱਤੇ ਜਾ ਕੇ Google 'ਚ ਖੋਲ ਲਾਂਗੇ ਵੈਬ ਪਟਨ ਤੇ ਦੀ ਮੈਂ ਗੱਲ ਕਰ ਰਿਹਾ ਹਾਂ ਅਰਮਾਸਤਰੀ। ਔਰ ਦੂਸਰੀ ਇਹ ਵੀ ਗੱਲ ਹੈ ਕਿ ਜਿਸ ਵਕਤ ਦੋ ਤਿੰਨ ਵਾਰੀ ਜਾਂ ਜ਼ਿਆਦਾ ਵਾਰੀ ਸਰਚ ਕਰੋਗੇ ਜਿਸ ਤਰ੍ਹਾਂ ਹੁਣ ਇਹ ਦੇਖੋ ਮੇਰੇ ਕੋਲ ਮੈਕਬੁੱਕ ਏ ਐਪਲ ਵਾਲਿਆਂ ਦੀ ਤੇ ਐਮ ਐਸ ਫਰੀ ਚ ਗਿਆ ਤੇ ਮੈਂ 2 3 4 ਵਾਰੀ ਸਰਚ ਕੀਤਾ ਉਹਨਾਂ ਨੇ ਆਪੇ ਹੀ ਈਕਨ ਆਈਕਨ ਜਿਹਾ ਦੇ ਦਿੱਤਾ ਵੇਖੋ ਤੇ ਇਸ ਵਾਰ ਤੇ ਜਿਸ ਟਾਈਮ ਗੂਗਲ ਚ ਜ਼ਿਆਦਾ ਵਾਰੀ ਸਰਚ ਕਰੋਗੇ ਤੇ ਆਪੇ ਹੀ ਆਈਕਨ ਦੇ ਦੇਗਾ ਔਰ ਇਹ ਖੁੱਲ ਜਾਏਗੀ ਠੀਕ ਹੈ ਜੀ ਤੇ ਕਹਿਣਾ ਇਹ ਚਾਰਿਆ ਸੀ ਕਿ ਐਪਲ ਦੀ ਕਿਸੇ ਵੀ ਡਿਵਾਈਸਿਸ ਵਿੱਚ ਜਾਂ ਐਪਲ ਦਾ ਆਈਪੈਡ ਜਾਂ ਐਪਲ ਦੀ ਮੈਕ ਨੂੰ ਕਿ ਉਹਦੇ ਚ ਡਾਊਨਲੋਡ ਨਹੀਂ ਹੁੰਦੀ ਇੱਕ ਤੇ ਗੱਲ ਇਹ ਕਨਫਰਮ ਕਰ ਲਈਏ ਔਰ ਉਹਦਾ ਫਿਰ ਕਰਨਾ ਸੀ ਕਿ ਇਹ ਕਿ ਅਸੀਂ ਜਾ ਕੇ Google 'ਚ ਜਾਂ Safari 'ਚ ਉਹ ਆਨਲਾਈਨ ਜਾ ਕੇ ਖੋਲਾਂਗੇ ਸਿੰਪਲ ਹੀ ਬਹੁਤ ਈਜ਼ੀ ਹੈ ਆਰ ਮਸਤਰੀ ਲਿਖੋਗੇ ਅਗੇ ਸਪੇਸ ਪਾ ਕੇ ਬੀ ਪਾਓਗੇ ਤੇ ਬੀ ਖੁੱਲ ਜੇਗੀ ਸੀ ਪਾਓਗੇ ਤੇ ਸੀ ਖੁੱਲ ਜੇਗੀ ਔਰ ਦੂਸਰਾ ਇਹਦਾ ਆਈਕਨ ਆ ਜਾਂਦਾ ਹੈ ਮਤਲਬ 3 4 5 ਵਾਰੀ ਸਰਚ ਕਰੋਗੇ ਆਪੇ ਹੀ ਆਈਕਨ ਆ ਜਾਏਗਾ ਹੁਣ ਆਓ Android ਫੋਨ ਦੀ ਗੱਲ ਕਰੀਏ ਤੇ ਇਹ Samsung ਫੋਨ ਹੈ ਇਹਦੇ ਵਿੱਚ ਵੈਪ ਪਤਨ ਤੇ ਐਪਲੀਕੇਸ਼ਨ ਡਾਊਨਲੋਡ ਹੋ ਜਾਂਦੀ ਹੈ ਮੈਂ ਐਸ ਐਪਲੀਕੇਸ਼ਨ ਦੀ ਗੱਲ ਕਰ ਰਿਹਾ ਐ ਐਪਲੀਕੇਸ਼ਨ ਤੇ ਐਪਲ ਦੀ ਡਿਵਾਈਸਸ ਤੇ ਮੈਂ ਕਿਹਾ ਕਿ ਉਹ ਨਹੀਂ ਡਾਊਨਲੋਡ ਹੋਣੀ ਤੁਸੀਂ ਗੂਗਲ 'ਚ ਜਾ ਕੇ ਸਰਚ ਕਰੋਗੇ ਮਤਲਬ ਲਿਖ ਕੇ ਤੇ ਅੰਜ ਆਪਨ ਕਰ ਸਕਦੇ ਹੋ ਉਹ ਦੋ ਚਾਰ ਵਾਰੀ ਜੇ ਸਰਚ ਕਰੋਗੇ ਤੇ ਆਪੇ ਉਹ ਆਈਕਨ ਦੇ ਦੇਣਗੇ ਉਸ ਤੋਂ ਬਾਅਦ ਗੱਲ ਕਰ ਲੈਨੇ ਆ Samsung ਜਾਂ ਦੂਸਰੇ Android ਫੋਨਾਂ ਦੀ ਤੁਹਾਡੇ ਕੋਈ ਵੀ ਹੋਵੇ ਇਹਦਾ ਫੋਨ ਹੈ Samsung ਹੈ ਉਹਦੇ ਡਾਊਨਲੋਡ ਹੋ ਜਾਣੀ ਹੈ ਲੇਕਿਨ ਲੇਕਿਨ ਲਿਖ ਕੇ ਐਪ ਸਟੋਰ 'ਚ ਨਹੀਂ ਜਾਣਾ ਆ ਕੋਈ ਸਾਬ ਵੈਪਤਨਤੀ ਐਸ ਐਪਲੀਕੇਸ਼ਨ ਨੂੰ ਐਪ ਸਟੋਰ ਚ ਜਾ ਕੇ ਖੋਲਣ ਦੀ ਕੋਸ਼ਿਸ਼ ਕਰਦੇ ਨੇ ਤੇ ਐਪ ਸਟੋਰ ਚ ਨਹੀਂ ਖੁੱਲਣੀ ਭਾਈ ਇਹ ਇਹਦੇ ਵਾਸਤੇ ਇਹਦੇ ਵਿੱਚ ਨੋ Google ਚ ਤੁਸੀਂ ਜਾਣਾ ਮੈਂ Google ਚ ਲੱਗ ਗਿਆ ਇਹਦੇ ਚ ਹੁਣ ਮੈਂ ਲਿਖਾਂਗਾ ਆਰਮਾਸਤਰੀ ਆਰ ਐਮ ਏ ਐਸ ਟੀ ਆਰ ਆਈ ਵੇਖੋ ਨੇ ਆਪੇ ਆਈਕਨ ਦੇ ਦਿੱਤਾ ਕਿਉਂਕਿ ਮੈਂ ਸਰਚ ਕਰਦਾ ਰਿਹਾ ਤੇ ਜਿਸ ਵਾਰ ਤੇ ਉਹਨੇ ਦੇ ਦਿੱਤਾ ਇਹਨੂੰ ਵੈਪਤਨਤੇ ਵੀ ਕਹਿ ਲਓ ਜਾਂ ਆਰਮਾਸਤਰੀ ਵੀ ਕਹਿ ਲਓ ਆਰਮਾਸਤਰੀ ਸਪੇਸ ਵੀ ਤੇ ਆਰਮਾਸਟਰੀ ਸਪੈਸੀਲ ਹੀ ਹੋਗੇ ਤੇ ਸੀ ਵਾਲਿਆਂ ਦੀ ਖੁੱਲ ਜੇਗੀ ਵੀ ਲਿਖੋਗੇ ਵੀ আচ্ছা ਹੁਣ ਇਹ ਉਹਨਾਂ ਨੇ ਮਤਲਬ ਮੈਂ ਸਰਚ ਕਰਦਾ ਰਿਹਾ ਲਿਆਜ਼ਾ ਉਹਨੇ ਦੇ ਦਿੱਤੀ ਚਲੋ ਮੈਂ ਆਰਮਾਸਟਰੀ ਲਿਖ ਲਿਆ ਇਹ ਹੋ ਗਿਆ ਉਹਨਾਂ ਦਾ ਮੈਂ ਨਾਲ ਡਾਊਨਲੋਡ ਵੀ ਲਿਖ ਲੈਣਾ ਠੀਕ ਹੈ ਜੀ ਇਹ ਡਾਊਨਲੋਡ ਲਿਖ ਲਿਆ ਆਰਮਾਸਟਰੀ ਡਾਊਨਲੋਡ ਲਿਆ ਰਿਹਾ जना ਡਾਊਨਲੋਡ ਆ ਗਿਆ ਤੁਸੀਂ ਠੀਕ ਦੇਖ ਰਹੇ ਹੋ ਜੀ ਐ ਮੈਨੂੰ ਕਲਿੱਕ ਕਰ ਲਿਆ ਹੁਣ ਤੁਸੀਂ ਦੇਖ ਰਹੇ ਹੋ ਕਿ ਬਹੁਤ ਛੋਟੇ ਛੋਟੇ ਉਹ ਆਪਸ਼ਨ ਦੇ ਰਿਹਾ ਹੈ ਕਾਫੀ ਸਾਰੇ ਤੇ ਐ ਐ ਪਲੀਜ਼ ਦੇਖੋ ਜੀ ਇੱਥੇ ਲਿਖਿਆ ਸਭ ਤੋਂ ਪਹਿਲੇ ਵੈਬ ਪਤੇੰ ਤੇ 4.4 ਇਹਦਾ ਨੰਬਰ ਹੈਗਾ ਫਿਰ ਵਿੰਡੋ ਠੀਕ ਹੈ ਜੀ ਫਿਰ ਐਂਡਰਾਇਡ ਐਂਡਰਾਇਡ ਲਿਖਿਆ ਜੀ ਤੁਸੀਂ ਪਲੀਜ਼ ਐਂਡਰੋਇਡ ਨੂੰ ਕਲਿੱਕ ਕਰਦੇ ਹੋ ਇਹ ਐ ਕਰ ਲਿਆ ਜੀ ਇਹ ਕ੍ਰਾਸ ਮਾਰ ਦੇਣੀ ਕੋਈ ਗੱਲ ਨਹੀਂ ਇਹ ਕ੍ਰਾਸ ਮਾਰ ਦੋ ਹੁਣ ਐ ਪੇਜ ਖੁੱਲ ਗਿਆ ਇਹਦੇ ਵਿੱਚ ਤੀਰ ਜਿਹਾ ਦੇਖ ਰਹੇ ਹੋ ਇਹ ਰੈੱਡ ਜਿਹਾ ਇਹਨੂੰ ਕਲਿੱਕ ਕਰਨਾ ਸਾਨੂੰ ਇਹਦਾ ਮਤਲਬ ਹੈ ਇਹ ਲੋ ਜੀ ਮੈਂ ਕਲਿੱਕ ਕਰ ਲਿਆ ਫਿਰ ਉਸ ਤੋਂ ਬਾਅਦ ਕਲਿੱਕ ਕਰਨ ਤੋਂ ਬਾਅਦ ਮੈਂ ਇਹਨੂੰ ਥੱਲੇ ਸਲਾਈਡ ਕਰਾਂਗਾ 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 ਤੇ ਇੱਕ ਹੋਰ ਮੈਨੂੰ ਰੈੱਡ ਤੀਰ ਮਿਲੇਗਾ ਯਾਨੀ ਦੋ ਵਾਰੀ ਰੈੱਡ ਤੀਰ ਮੈ ਟੁੰਜਣੇ ਨੇ ਇੱਕ ਵਾਰੀ ਪਹਿਲੇ ਐਂਡਰੌਇਡ ਤੇ ਕਲਿੱਕ ਕੀਤਾ ਰੈੱਡ ਤੀਰ ਆਇਆ ਹੁਣ ਦੂਸਰੀ ਵਾਰੀ ਰੈੱਡ ਤੀਰ ਟੂਨ ਲਿਆ ਔਰ ਉਹਨੇ ਉਹਦੇ ਕੋਲ ਲਿਖਿਆ ਹੈ ਸਕਾਰਿਕਾ ਇਹ ਲੋ ਜੀ ਮੈਂ ਕਲਿੱਕ ਕਰਤਾ ਹੁਣ ਇਹ ਥੱਲੇ ਦੇਖ ਰਿਓ ਫੋਨ ਦੇ ਡਾਊਨਲੋਡਿੰਗ ਇਹ ਉਹਨੇ ਲਿਖਿਆ ਤੇ ਇਹ ਇਹ ਥੱਲੇ ਮੈਂ 50 ਦੇ ਸ਼ੋਰ ਇਹਨਾਂ ਦੱਸ ਰਿਹਾ ਜੀ ਮੈਂ ਇਹਨੂੰ ਕਲਿੱਕ ਕਰ ਲਿਆ ਹੁਣ ਉਹ ਕਹਿੰਦਾ ਕਿ ਕ੍ਰੋਮ ਕੁਝ ਸੈਟਿੰਗ ਮੰਗਦਾ ਹੈ ਨਾ फॉर योर सिक्योरिटी योर फोन इज नॉट अलाउड इंस्टॉल इंस्टॉल नहीं अलाउड नहीं है तुम सैटिंग च जाओ ये वो मैं सैटिंग चला गया उस तो तुँ बा कहें कि इतने अलाउ करो है, है मतलब ऑन करो है ऑप्शन जी मैं ऑन कर लिया उस तो बाद हूँ की करना है भाई हूँ मेरा ख्याल है कि डाउनलोड होना शुरू हो गई है यानी ना जिस टाइम अलाउ करना ਤੇ ਫਿਰ ਤੁਸੀਂ ਉੱਪਰ ਇੰਜ ਆਪਣੇ ਫੋਨ ਚੇਂਜ ਕਰਨਾ ਤੇ ਟਰਾਈ ਕਰਨੀ ਹੈ ਤੁਹਾਨੂੰ ਉਹਦੇ ਵਿੱਚ ਕੋਈ ਨਾ ਕੋ ਆਪਸ਼ਨ ਮਿਲੇਗਾ 1 ਮਿੰਟ ਪਲੀਜ਼ ਮੈਂ ਚਾਰਜਿੰਗ ਫੋਨ ਨੂੰ ਲਾ ਲਾ ਸੋਰੀ ਇਹ ਸਾਨੂੰ ਇਹ ਵਚੀ ਬੰਦ ਹੋ ਗਿਆ ਫੋਨ আচ্ছা ਜੀ ਮੈਂ ਜਿਸ ਟਾਈਮ ਐ ਸਲਾਈਡ ਕੀਤਾ ਸੀ ਤੇ ਮੈਨੂੰ ਇੱਕ ਆਪਸ਼ਨ ਨਜ਼ਰ ਆ ਰਿਹਾ ਸੀ ਡਾਊਨਲੋਡ ਦਾ ਉਹਨੂੰ ਮੈਂ ਕਲਿੱਕ ਕੀਤਾ ਤੇ ਹੁਣ ਇਹ ਫੋਟੋ ਜੀ ਸ਼ੋ ਹੋ ਗਈ ਹੈ ਜੀ ਤੁਸੀਂ ਦੇਖ ਰਹੇ ਹੋ ਲਿਖਿਆ డు ਯੂ ਵਾਂਟ ਟੂ ਇੰਸਟਾਲ ਐਪਲੀਕੇਸ਼ਨ ਐਂਡ ਡਸ ਨਟ ਰਿਕワイਰ ਹੈਵੋ ਔਰ ਇਹ ਥੱਲੇ ਲਿਖਿਆ ਸੋ ਇੰਸਟਾਲ ਤੇ ਮੈਂ ਜੀ ਇੰਸਟਾਲ ਵਾਲੇ অপਸ਼ਨ ਨੂੰ ਕਲਿੱਕ ਕਰ ਲਿਆ ਜਿਉਂ ਹੀ ਕਲਿੱਕ ਕੀਤਾ ਤੇ ਇਹ ਦੇਖੋ ਇੱਕ ਆਪਸ਼ਨ ਦਿਨਾ ਸ਼ੁਰੂ ਕਰਤਾ ਉਹਨੇ ਇੰਸਟਾਲਿੰਗ ਵਾਲਾ ਤੇ ਇਹ 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 ਦੇਖ ਰਿਓ ਉਹਨੇ ਇੰਸਟਾਲ ਹੋ ਰਿਹਾ ਉਨੇ ਸੀ ਵੇਟ ਕਰਾਂਗੇ ਕਿ ਇੰਸਟਾਲ ਕੰਪਲੀਟ ਹੋ ਜੇ ਹੁਣ ਉਹਨੇ ਕਹਿ ਦਿੱਤਾ ਹੈ ਕਿ ਜੀ ਇੰਸਟਾਲ ਹੋ ਗਈ ਹੈ ਤੁਹਾਡੀ ਤੇ ਐਵੇਂ ਥੱਲੇ ਆਪਸ਼ਨ ਹੈਗਾ ਓਪਨ ਵਾਲਾ ਮੈਂ ਓਪਨ ਨੂੰ ਕਲਿੱਕ ਕਰ ਦਿਆਂਗਾ ਹਮ ਕੈਮਰਾ ਸੌਫਟ ਜਾਨੀ ਦੇ ਰਿਹਾ ਚਲੋ خیر ਮੈਂ ਇਹਨੂੰ ਕਲਿੱਕ ਕੀਤਾ ਜੀ ਅੱਗੇ ਕਹਿੰਦਾ ਤੋਕਾ ਪਰ ਸ਼ਲੀਅਰ ਹੈ ਕਿ ਤੁਸੀਂ ਟੱਚ ਕਰੋ ਚੂਜ਼ ਕਰਨ ਵੇਲੇ ਮੈਂ ਇਹਨੂੰ ਟੱਚ ਕਰ ਲਿਆ हां ਜਿਸ ਸਮ ਟੱਚ ਕੀਤਾ ਤੇ ਉਹਨੇ ਫਿਰ ਮੈਨੂੰ ਪੁੱਛਿਆ ਕਿ A ਜਾਂ B ਜਾਂ C ਕਿਹੜਾ ਕਰਨਾ ਹੈ ਮੈਂ A B ਕੀਤਾ ਉਹ ਜਲਦੀ ਨਾਲ ਹੋ ਗਿਆ ਠੀਕ ਹੈ ਫਿਰ ਇਹ ਉਹਨੇ ਐਪਲੀਕੇਸ਼ਨ ਖੋਲ ਗਈ ਹੁਣ ਮੈਂ ਜਦੋਂ ਗਿਆ ਵਾਂ ਆਪਣੇ ਫੋਨ 'ਚ ਤੇ ਮੇਰੇ ਕੋਲ ਇਹ ਦੇਖੋ ਡਾਊਨਲੋਡ ਹੋਈ ਪਈ ਹੈ ਠੀਕ ਹੈ ਜੀ ਐਸੀ ਤਰੀਕਾ ਕਰ ਤੁਸੀਂ ਸਾਰਾ ਸਮਝ ਗਿਓ ਮੈਂ ਇੱਕ ਵਾਰੀ ਫਿਰ ਰਿਮਾਈਂਡ ਕਰਾ ਦੇਣਾ ਕਿ Apple ਦੀ ਕਿਸੇ ਡਿਵਾਈਸਸ 'ਚ ਨਹੀਂ ਹੋਣੀ ਹੈ Apple ਦੇ ਕਿਸੇ ਫੋਨ 'ਚ ਵੀ ਨਾ ਐਂਡਰਾਇਡ Samsung ਵਗੈਰਾ ਵਿੱਚ ਸੀ ਹੋ ਜੇਗੀ ਦੂਸਰੀ ਗੱਲ ਇਹ ਸੀ ਕਿ ਐਪ ਐਪ ਸਟੋਰ ਚ ਜਾ ਕੇ Play Store ਵਿੱਚ ਇਹ ਡਾਊਨਲੋਡ ਨਹੀਂ ਹੋਣੀ ਨੋ ਇਹ ਡਾਊਨਲੋਡ ਹੋਣੀ ਹੈ ਜੀ ਕਿਦੇ ਚ ਜਾ ਕੇ Google Chrome ਵਿੱਚ ਆ ਕੇ ਔਰ Google Chrome ਦਾ ਤਰੀਕਾ ਮੈਂ ਇਹ ਦੱਸਿਆ ਸੀ ਕਿ ਸਭ ਤੋਂ ਪਹਿਲੇ ਅਸੀਂ Google 'ਚ ਜਾ ਕੇ ਲਿਖਣਾ ਹੈ ਅਗਰ ਤੁਸੀਂ ਮੋਬਾਈਲ 'ਚ ਕਰਨੀ ਹੈ ਬਹਰਾਲ Armastery download ਇਹ ਨਾਲ ਲਿਖਦੇ ਹੋ ਤੇ ਬਹੁਤ ਹੈ ਯਾ ਵੈਬ ਪੇਜ ਤੇ ਡਾਊਨਲੋਡ ਬਹਰਲ ਜ਼ਿਆਦਾ ਆਰਮਾਸ 3 ਐਗਜ਼ੈਕਟ ਤੇ ਦਾ ਨਾ ਆਰਮਾਸ 3 ਡਾਊਨਲੋਡ ਲਿਖਿਆ ਸੀ ਉਸ ਵਾਕਿਓ ਕੇ ਹੋ ਗਿਆ ਸੀ ਫਿਰ ਐ ਪਹਿਲੀ ਲਾਈਨ ਨੂੰ ਮੈਂ ਕਲਿੱਕ ਕਰ ਲਿਆ ਸੀ ਤੇ ਇੱਥੇ ਇੱਕ ਮੈਂ ਚੀਜ਼ ਨਵੀਂ ਦੱਸ ਦੇਣਾ ਵਿੰਡੋ ਪਹਿਲਾ ਲਿਖਿਆ ਵਿੰਡੋ ਕਲਿੱਕ ਕਰੋਗੇ ਤੇ ਫਿਰ ਯਾਨੀ ਅਗਰ ਕੰਪਿਊਟਰ ਲੈਪਟਾਪ 'ਚ ਕਰ ਰਹੇ ਹੋ ਫਿਰ ਵਿੰਡੋ ਨੂੰ ਕਲਿੱਕ ਕਰਨਾ ਹੈ ਅਗਰ ਫੋਨ 'ਚ ਕਰ ਰਹੇ ਹੋ ਐਂਡਰੌਇਡ ਨੂੰ ਕਲਿੱਕ ਕਰਨਾ ਹੈ ਔਰ ਐਂਡਰੌਇਡ ਨੂੰ ਕਲਿੱਕ ਕਰਨ ਤੋਂ ਬਾਅਦ ਐ ਤੀਰ ਟੁੰਡਣਾ ਇੱਕ ਫਿਰ ਇਹਨੂੰ ਕਲਿੱਕ ਕਰ ਦੇਣਾ ਫਿਰ ਦੁਬਾਰਾ ਤੀਰ ਆਣਾ ਹੈ ਦੂਜਾ ਐ ਔਰ ਐਨ ਨੂੰ ਕਲਿੱਕ ਕਰਨ ਤੋਂ ਬਾਅਦ ਫਿਰ ਅਗਲਾ ਪ੍ਰੋਸੈਸ ਸ਼ੁਰੂ ਹੋ ਜਾਣਾ థాంਕ ਯੂ ਵੈਰੀ ਮਚ ਸੀ ਹਲੀ ਪਤਨ ਤੇ ਤਰਫੋਂ ਬਾਏ ਬਾਏ